ਆਮ ਬਟਰ ਚਿਕਨ ਦੀ ਰੈਸਪੀ ਜਿਹੜੀ ਤਿਆਰ ਕੀਤੀ ਹੈ ਬਹੁਤ ਵਧੀਆ ਤਿਆਰ ਹੋਈ ਹੈ। 4 ਚਮਚ ਮੈਂ ਤੇਲ ਦੇ ਲਏ ਸੀਗੇ, 1 ਚਮਚ ਬੇਸਣ ਦਾ ਪਾਇਆ, ਕਸ਼ਮੀਰੀ ਲਾਲ ਮਿਰਚ 1 ਚਮਚ, ਇਹਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਅਤੇ 700 ਤੋਂ 800 ਕੁ ਗ੍ਰਾਮ ਮੈਂ ਚਿਕਨ ਇਸਤੇਮਾਲ ਕੀਤਾ ਹੋਇਆ ਅਤੇ 4 ਚਮਚ ਦਹੀਂ ਯੂਜ ਕੀਤਾ। ਇਹ ਜਿਹੜਾ ਮੈਂ ਤੇਲ ਅਤੇ ਬੇਸਣ ਗਰਮ ਕੀਤਾ ਸੀਗਾ ਉਹ ਵਿੱਚ ਦਹੀਂ 'ਚ ਮਿਲਾ ਲੈਣਾ। ਚਾਟ ਮਸਾਲਾ 1 ਚਮਚ, ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਅਦਰਕ ਲਸਣ ਦਾ ਪੇਸਟ 1 ਪੈਕਟ, ਨਮਕ 1/2 ਚਮਚ ਅਤੇ ਜਿਹੜਾ ਚਿਕਨ ਹੈਗਾ ਉਹ ਸਾਰਾ ਇਹਦੇ ਵਿੱਚ ਚੰਗੀ ਤਰ੍ਹਾਂ ਨੂੰ ਮਿਕਸ ਕਰ ਲੈਣਾ ਤਾਂ ਕਿ ਜਿਹੜਾ ਜੋ ਵੀ ਮਸਾਲਾ ਮਿਕਸ ਹੋ ਜਾਏਗਾ ਚੰਗੀ ਤਰ੍ਹਾਂ। ਅਤੇ ਇਹਨੂੰ ਆਪਾਂ 4 ਤੋਂ 5 ਘੰਟੇ ਲਈ ਫਰਿੱਜ ਦੇ ਵਿੱਚ ਰੱਖ ਦੇਵਾਂਗੇ ਮੈਰੀਨੇਟ ਵਾਸਤੇ। ਧਨੀਆ ਮੈਂ ਵਿੱਚ ਛੋਟਾ 1 ਚਮਚ ਪਾਇਆ ਸੀਗਾ, ਜਦੋਂ ਤੱਕ ਚਿਕਨ ਆਪਣਾ ਮੈਰੀਨੇਟ ਹੋਵੇਗਾ ਅਤੇ ਉਦੋਂ ਤੱਕ ਅਸੀਂ ਆਪਣਾ ਮਸਾਲੇ ਵਾਲਾ ਸਮਾਨ ਸਾਰਾ ਜਿਹੜਾ ਉਹ ਤਿਆਰ ਕਰ ਲੈਂਦੇ ਹਾਂ। ਮੱਖਣ ਹੈਗਾ 5-10 ਟਿੱਕੀਆਂ, ਪਿਆਜ਼ ਹੈ 3 ਤੋਂ 4, ਲਸਣ ਹੈ, ਅਦਰਕ ਹੈ, ਕਾਜੂ ਹੈ 10 ਤੋਂ 12, ਅਤੇ 1 ਕੜਛੀ ਮੈਂ ਤੇਲ ਦੀ ਲਈ ਹੈ। ਇਹਨੂੰ ਚੰਗੀ ਤਰ੍ਹਾਂ ਗਰਮ ਕਰਕੇ ਬਟਰ ਪਾਇਆ 2 ਪੀਸ ਛੋਟੇ, ਬਾਕੀ ਦਾ ਬਟਰ ਜਿਹੜਾ ਉਹ ਮੈਂ ਬਾਅਦ 'ਚ ਤਰੀ ਦੇ ਵਿੱਚ ਯੂਜ ਕਰਾਂਗਾ ਗ੍ਰੇਵੀ 'ਚ। ਇਹਨੂੰ ਚੰਗੀ ਤਰ੍ਹਾਂ ਮਤਲਬ ਮਿਕਸ ਕਰ ਲੈਣਾ। ਮੈਂ ਪਿਆਜ਼ ਜਿਹੜੇ 3 ਤੋਂ 4 ਮੀਡੀਅਮ ਸਲਾਈਸਿਸ ਕੱਟੇ ਹੋਏ ਸੀਗੇ ਉਹ ਪਾ ਲਵਾਂਗਾ, ਕਿਉਂਕਿ ਮਸਾਲੇ ਨੂੰ ਅਸੀਂ ਗ੍ਰਾਇੰਡ ਕਰਨਾ, ਬਹੁਤ ਜ਼ਿਆਦਾ ਵੀ ਪਿਆਜ਼ ਨੂੰ ਜਿਹੜਾ ਹੈਗਾ ਉਹ ਸਾੜਨਾ ਨਹੀਂ ਹੈ। ਇਹਨੂੰ ਮੈਂ ਮਿਕਸ ਕਰ ਲਿਆ ਪਿਆਜ਼ ਨੂੰ। ਅਤੇ ਇੱਥੇ ਮੈਂ ਲਸਣ ਹੀ ਸੀਗਾ 8-10 ਪੀਸ ਉਹ ਪਾ ਲਿਆ, ਅਦਰਕ ਦਾ ਪੀਸ ਹੈ 2-3 ਇੰਚ ਦਾ ਕਿਉਂਕਿ ਮੈਂ ਪੂਰਾ ਹੀ ਪਾ ਲਿਆ ਗ੍ਰਾਇੰਡ ਕਰਨਾ, ਅਤੇ ਕਾਜੂ ਸੀਗੇ 10-12 ਪੀਸ। ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗਾ, ਇਹਨਾਂ ਦਾ ਜਿਹੜਾ ਲਸਣ ਦਾ ਅਦਰਕ ਦਾ ਕੱਚਾ ਪਾਨਾ ਉਹ ਜਿਹੜਾ ਜਿਹੜਾ ਨਿਕਲ ਜਾਏਗਾ। ਅਤੇ ਟਮਾਟਰ ਸੀਗੇ 2 ਛੋਟੇ ਸਾਈਜ਼ ਦੇ, ਉਹ ਵੀ ਮੈਂ ਕੱਟ ਕੇ ਰੱਖੇ ਹੋਏ ਸੀਗੇ ਇਹਨਾਂ ਦੇ, ਅਤੇ ਉਹ ਵੀ ਇੱਥੇ ਪਾ ਲਏ, ਅਤੇ ਨਾਲ ਥੋੜ੍ਹਾ ਜਿਹਾ ਇਹਦੇ 'ਚ ਨਮਕ ਪਾਇਆ ਕਿਉਂਕਿ ਉਹਦੇ ਨਾਲ ਟਮਾਟਰ ਥੋੜ੍ਹਾ ਜਲਦੀ ਗਲ ਜਾਂਦਾ। ਇਹ ਤਾਂ ਆਪਣਾ ਸਾਰਾ ਮਸਾਲਾ ਜਿਹੜਾ ਉਹ ਇੱਦਾਂ ਤਿਆਰ ਹੋ ਜਾਏਗਾ। ਅਤੇ ਹੁਣ ਇਹਨੂੰ ਮੈਂ ਕੱਢ ਲਿਆ, 1 ਸਾਈਡ 'ਤੇ ਰੱਖ ਲਵਾਂਗੇ ਜਦ ਤੱਕ ਮਸਾਲਾ ਠੰਡਾ ਹੁੰਦਾ ਮਸਾਲਾ, ਉਨੀ ਦੇਰ 'ਚ ਆਪਾਂ ਚਿਕਨ ਜਿਹੜਾ ਉਹ ਫਰਾਈ ਕਰ ਲਵਾਂਗੇ, ਕਿਉਂਕਿ ਚਿਕਨ ਨੂੰ ਰੱਖੇ 4-5 ਘੰਟੇ ਹੋ ਗਏ ਸੀਗੇ। ਤੇਲ ਨੂੰ ਹਾਈ ਫਲੇਮ 'ਤੇ ਚੰਗੀ ਤਰ੍ਹਾਂ ਗਰਮ ਕਰ ਲੈਣਾ, ਅਤੇ ਜਿਹੜੇ ਸਭ ਤੋਂ ਵੱਡੇ ਪੀਸ ਨੇ ਥੋੜ੍ਹੇ ਉਹ ਮੈਂ ਪਹਿਲੇ ਲੋਟ 'ਚ ਫਰਾਈ ਕਰ ਲਵਾਂਗਾ। ਗੈਸ ਦਾ ਫਲੇਮ ਹਾਈ ਰੱਖਿਓ, ਅਤੇ ਇਹਨੂੰ ਉਲਟੀ ਪਲਟੀ ਕਰਦੇ ਰਹੀਓ। ਸਾਰਾ ਚਿਕਨ ਆਪਣਾ ਸਾਰਾ ਪੱਕਣ ਲੱਗ ਗਿਆ, ਇੱਦਾਂ ਹੀ ਮੈਂ ਦੂਜੇ ਪੀਸ ਵੀ ਫਰਾਈ ਕਰ ਲਵਾਂਗਾ, 2 ਵਾਰੀ ਕਰਕੇ ਫਰਾਈ ਕਰ ਲਵਾਂਗਾ। ਇੱਕ ਲੋਟ ਹੋ ਗਿਆ, ਦੂਸਰੇ ਵਾਲੇ ਪੀਸ ਜਿਹੜੇ ਆ ਮੈਂ ਉਹ ਵਾਲੇ ਵਿੱਚ ਇਹਨਾਂ ਨੂੰ ਵੀ ਫਰਾਈ ਕਰਕੇ ਮੈਂ ਆ ਵੀ ਸਾਰੇ ਤਿਆਰ ਹੈ। ਆਹ ਮੇਰਾ ਜਿਹੜਾ ਜਿੰਨਾ ਵੀ ਚਿਕਨ ਹੈ ਫਰਾਈ ਕੀਤਾ ਹੋਇਆ ਉਹ ਮੈਂ ਰੱਖਿਆ ਹੋਇਆ।
मैं एक पीस तुहानू कट के दिखाना। देखो अंदर तक बिल्कुल पीस गल चुके है। तो हुण आपां मसाला जिहड़ा सीगा उह ग्राइंड कर लैंदे आ। ग्राइंड करन लई मैं मिक्सी च मसाला पा लिया, थोड़ा जिहा नाल मैं पानी जूस पानी इस्तेमाल किया। अपना मसाला इदा तैयार हो जूगा। तो जिहड़ा मैं फ्राई किया सीगा चिकन, उहदे च जिहड़ा तेल बचे आ दो चम्मच, उहदे विच मैं मसाला जिहड़ा अपना भुन लैना। एक इलायची, तेज पत्ता, ते दालचीनी, खड़े मसाले जिहड़े मैं वह पाए है। हल्दी पाई है पौना अद्धा क चम्मच। तो जिहड़ा मसाला वह मैं अपने इत्थे पा लिया। कश्मीरी मिर्च, कश्मीरी मिर्च नाल थोड़ा जिहा ग्रेवी वधिया देखण नूं लगदी है। बटर सीगा जिहड़ा मेरे को बचिया होया 8-10 पीस छोटे, वह पा ले। चिकन सारा जिहड़ा सीगा मैं इत्थे पा लिया मसाले च। एक क्रीम सीगी दुध तो जिहड़ा ताजे दुध तो उतारी हुई सीगी, तुसीं दूसरी क्रीम भी फ्रैश भी पा सकदे हो। ते 5 मिनट बाद जिहड़ा चिकन अपना बिल्कुल देखो बटर चिकन तैयार है। अपना जिहड़ा चिकन हैगा बिल्कुल देखो कितना वधिया तैयार होया। ते मैनूं कमेंट च जरूर दस्सियो किदां दा लग्गिया।